ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਮੇਰੀ ਵਰੇ ਫੇਰੀ ਜਿਸ ਵਿੱਚ ਉਸਨੇ ਬੁੱਧੀ ਮੰਡਲ ਅਤੇ ਪਰਮਾਰਥ ਦੋਵਾਂ ਵਿੱਚ ਗੁਰਸਿੱਖਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਕੀਤੀ ਹੈ ਦੂਜੇ ਭਾਗ ਵਿੱਚ ਇੱਕ ਜਗ੍ਹਾ ਆਪ ਜੀ ਨੇ ਲਿਖਿਆ ਸੀ ਤੁਸੀਂ ਨੇ ਤਾਂ ਦਰਸ਼ਨੀ ਪ੍ਰੀਤ ਦੀਆਂ ਮੂਰਤਾਂ ਬੰਨਣਾ ਹੈ ਤੁਸਾਂ ਤਾਂ ਇਸ ਸੰਸਾਰ ਵਿੱਚ ਸਿੱਖੀ ਦਿਲ ਸਿੱਖੀ ਦਿਮਾਗ ਤੇ ਸਿੱਖੀ ਹੱਥ ਦੱਸਣੇ ਹਨ ਇੱਥੇ ਹੁਣ ਅਸੀਂ ਜੋ ਇਹ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਸਿੱਖੀ ਦਿਲ ਸਿੱਖੀ ਦਿਮਾਗ ਤੇ ਸਿੱਖੀ ਹੱਥ ਇਸ ਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਇਸ ਭਾਗ ਵਿੱਚ ਸਿਰਫ ਸਿੱਖੀ ਦਿਲ ਦੀ ਵਿਚਾਰ ਕਰਾਂਗੇ ਫਿਰ ਅਗਲੇ ਭਾਗ ਵਿੱਚ ਸਿੱਖੀ ਦਿਮਾਗ ਤੇ ਉਸ ਤੋਂ ਅਗਲੇ ਭਾਗ ਵਿੱਚ ਸਿੱਖੀ ਹੱਥ ਸਿੱਖੀ ਦਿਲ ਹਾਂਜੀ ਸਿੱਖ ਤਦ ਹੁੰਦਾ ਹੈ ਜਦ ਦਿਲ ਅਣਦੇਖੇ ਸਾਈਂ ਅਣਦੇਖੇ ਪ੍ਰੀਤਮ ਜੀ ਦੀ ਪ੍ਰੀਤ ਵਿੱਚ ਵਿਕਿਆ ਹੋਵੇ ਹਾਂਜੀ ਸਿੱਖ ਤਦ ਹੁੰਦਾ ਹੈ ਜਦ ਦਿਲ ਅਣਦੇਖੇ ਸਾਈਂ ਅਣਦੇਖੇ ਪ੍ਰੀਤਮ ਜੀ ਦੀ ਪ੍ਰੀਤ ਵਿੱਚ ਵਿਕਿਆ ਹੋਵੇ ਮੇਰਾ ਦਿਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਟੀਰ ਲਗਨ ਦੀ ਖੁਸ਼ੀ ਵਿੱਚ ਸ਼ੁਕਰ ਭਰੀ ਯਾਦ ਵਿੱਚ ਉਹਨਾਂ ਦਾ ਹੋ ਚੁੱਕਾ ਹੋਵੇ ਇਸ ਸ਼ੁਕਰ ਭਰੀ ਯਾਦ ਦਾ ਨਾਮ ਸਿੱਖੀ ਦਿਲ ਹੈ ਹਾਂਜੀ ਇਸ ਸ਼ੁਕਰ ਭਰੀ ਯਾਦ ਦਾ ਨਾਮ ਸਿੱਖੀ ਦਿਲ ਹੈ ਇਸ ਨੂੰ ਪ੍ਰੀਤ ਮੂਰਤ ਵੀ ਆਖਦੇ ਹਨ ਇਸ ਦਿਲ ਦੀ ਹਰ ਇੱਕ ਧੜਕ ਗੁਰੂ ਜੀ ਦੇ ਨਾਮ ਦੀ ਛਲਕ ਕਰਦੀ ਹੈ ਇਹ ਦਿਲ ਇਲਾਹੀ ਮੰਡਲਾਂ ਦੀ ਮਿੱਟੀ ਨਾਲ ਬਣਦਾ ਹੈ ਫਿਰ ਦੁਹਰਾ ਦਿਏ ਇਹ ਦਿਲ ਇਲਾਹੀ ਮੰਡਲਾਂ ਦੀ ਮਿੱਟੀ ਨਾਲ ਬਣਦਾ ਹੈ ਇਹ ਪ੍ਰੀਤ ਪਰੋਤੇ ਦਿਲ ਦੀ ਮਿੱਟੀ ਸਦਾ ਸੁਗੰਧ ਭਰੀ ਰਸ ਭਰੀ ਸੋਹਣੀ ਲਿਸ਼ਕ ਦੀ ਦਮਗ ਦੀ ਹੋਮਦੀ ਹੈ ਇਸ ਦਿਲ ਪਰ ਸਤਗੁਰਾਂ ਦੇ ਚਰਨਾਂ ਦਾ ਨਕਸ਼ ਹਮੇਸ਼ਾ ਲਈ ਬਣਿਆ ਰਹਿੰਦਾ ਹੈ ਇੱਥੇ ਸਤਗੁਰੂ ਜੀ ਕਦੀ ਕਦੀ ਫੇਰਾ ਪਾਉਂਦੇ ਹਨ ਇਹ ਉਹਨਾਂ ਦਾ ਪਿਆਰਾ ਗੁਰਦੁਆਰਾ ਹੈ ਇੱਥੇ ਉਹ ਆਪਣੀ ਸਿੱਖੀ ਨੂੰ ਦਰਸ਼ਨ ਦੀਦਾਰ ਦੇਉਂਦੇ ਹਨ ਹਾਂਜੀ ਸਿੱਖੀ ਦਿਲ ਇਥੇ ਸਤਗੁਰੂ ਜੀ ਕਦੀ ਕਦੀ ਫੇਰਾ ਪਾਉਂਦੇ ਹਨ ਇਹ ਉਹਨਾਂ ਦਾ ਪਿਆਰਾ ਗੁਰਦੁਆਰਾ ਹੈ ਇਥੇ ਉਹ ਆਪਣੀ ਸਿੱਖੀ ਨੂੰ ਦਰਸ਼ਨ ਦੀਦਾਰ ਦੇਉਂਦੇ ਹਨ ਇਹ ਉਹ ਮੰਦਰ ਹੈ ਜਿੱਥੇ ਅਮੂਰਤ ਰੱਬ ਮੂਰਤਮਾਨ ਹੋ ਆਉਂਦਾ ਹੈ ਇਹ ਪ੍ਰੀਤ ਮੰਦਰ ਹੈ ਇਥੇ ਸੂਰਜ ਤੇ ਚੰਦਰਮਾ ਤੇ ਤਾਰੇ ਵਾਰੀ-ਵਾਰੀ ਪੂਜਾ ਕਰਦੇ ਆਉਂਦੇ ਹਨ ਇਥੇ ਦੇਵਤੇ ਹਰ ਘੜੀ ਪਹਿਰਾ ਦਿੰਦੇ ਹਨ ਬਾਹਰ ਬਰਫਾਂ ਪਈਆਂ ਹੋਵਣ ਤਾਂ ਇਸ ਮੰਦਰ ਵਿੱਚ ਹੁਨਾਲ ਤੇ ਬਸੰਤ ਆਉਂਦੀ ਹੈ ਤੇ ਜੇ ਬਾਹਰ ਹਾੜ ਜੇਠ ਦੀਆਂ ਧੁੱਪਾਂ ਹੋਵਣ ਤਾਂ ਇਸ ਮੰਦਰ ਵਿੱਚ ਬਰਫ ਵਰਦੀ ਹੈ ਫਿਰ ਦੁਰਾਦੇ ਸਿੱਖੀ ਦਿਲ ਕੀ ਹੈ ਬਾਹਰ ਬਰਫਾਂ ਪਈਆਂ ਹੋਵਣ ਤਾਂ ਇਸ ਮੰਦਰ ਵਿੱਚ ਹੁਨਾਲ ਤੇ ਬਸੰਤ ਹੁੰਦੀ ਹੈ ਜੇ ਬਾਹਰ ਹਾੜ ਜੇਠ ਦੀਆਂ ਧੁੱਪਾਂ ਹੋਵਣ ਤਾਂ ਇਸ ਮੰਦਰ ਵਿੱਚ ਬਰਫ ਵਰਦੀ ਹੈ ਇਕ ਅਮੋਲਕ ਦਿਲ ਹੈ ਜਿਸ ਦੀਆਂ ਨਾੜੀਆਂ ਸਤਗੁਰਾਂ ਦੇ ਦਿਲ ਦੀਆਂ ਨਾੜਾਂ ਨਾਲ ਜੁੜੀਆਂ ਹੋਈਆਂ ਹਨ ਸਿੱਖੀ ਪ੍ਰੀਤ ਇਹ ਹੈ ਕਿ ਸਿੱਖ ਦੇ ਦਿਲ ਵਿੱਚ ਸਤਗੁਰੂ ਦਾ ਖੂਨ ਅਰਥਾਤ ਸਤਗੁਰ ਦਾ ਦਿੱਤਾ ਨਾਮ ਚੱਲਦਾ ਹੋਵੇ ਹਾਂਜੀ ਸਿੱਖੀ ਪ੍ਰੀਤ ਇਹ ਹੈ ਕਿ ਸਿੱਖ ਦੇ ਦਿਲ ਵਿੱਚ ਸਤਗੁਰੂ ਦਾ ਖੂਨ ਯਾਨੀ ਸਤਗੁਰਾਂ ਦਾ ਦਿੱਤਾ ਨਾਮ ਚੱਲਦਾ ਹੋਵੇ ਤੇ ਸਤਗੁਰੂ ਦੇ ਖੂਨ ਵਿੱਚ ਸਿੱਖ ਦਾ ਦਿਲ ਮੋਜਾਂ ਖੁਸ਼ੀਆਂ ਰੰਗਰਸੀਆਂ ਮਾਣਦਾ ਹੋਵੇ ਇਹ ਆਸ਼ਿਕ ਦਿਲ ਹੈ ਇਹ ਟੜਕਦਾ ਨਹੀਂ ਕੇਵਲ ਪ੍ਰੀਤਮ ਜੀ ਦੇ ਆਉਣ ਦੀ ਖੁਸ਼ੀ ਵਿੱਚ ਨਗਾਰੇ ਵਜਾਉਂਦਾ ਹੈ ਇਹ ਦਿਲ ਸਤਗੁਰੂ ਦਾ ਹੋਇਆ ਹੋਰ ਕਿਸੇ ਜਗਤ ਦੇ ਪਦਾਰਥ ਨੂੰ ਨਹੀਂ ਦਿੱਤਾ ਜਾ ਸਕਦਾ ਜਿਸ ਕਾੜੀ ਇਹ ਦਿਲ ਕਿਸੇ ਹੋਰ ਚੀਜ਼ ਤੇ ਮੋਹਿਤ ਹੋਇਆ ਉਸੇ ਕਾੜੀ ਮੋਇਆ ਮੋਇ ਕੀ ਮਰਨੇ ਥੀ ਵੀ ਵਧਿਕ ਦੁੱਖ ਵਿੱਚ ਪਿਆ ਫਿਰ ਦੋ ਰਾਹ ਦਈਏ ਇਹ ਦਿਲ ਸਤਗੁਰੂ ਦਾ ਹੋਇਆ ਹੋਰ ਕਿਸੇ ਜਗਤ ਦੇ ਪਦਾਰਤ ਨੂੰ ਨਹੀਂ ਦਿੱਤਾ ਜਾ ਸਕਦਾ ਜਿਸ ਕਾੜੀ ਇਹ ਦਿਲ ਕਿਸੇ ਹੋਰ ਚੀਜ਼ ਤੇ ਮੋਇਤ ਹੋਇਆ ਉਸੇ ਕਾੜੀ ਮੋਇਆ ਮੋਇਆ ਕੀ ਮਰਨੇ ਥੀ ਵੀ ਵਧਿਕ ਦੁੱਖ ਵਿੱਚ ਪਿਆ ਦਾਤਾ ਜੀ ਨੇ ਮਦਦ ਕੀਤੀ ਫਿਰ ਸਤਗੁਰੂ ਦਾ ਹੋਰ ਤੀਰ ਲੱਗਾ ਫਿਰ ਜੀਵਿਆ ਬਚ ਗਿਆ ਹਾਂਜੀ ਸਿੱਖੀ ਦਿਲ ਭੁੱਲ ਜਾਂਦੇ ਹਨ ਮਰ ਨਹੀਂ ਸਕਦੇ ਪਰ ਸਿੱਖੀ ਦਿਲ ਹੋਵੇ ਸਹੀ ਫਿਰ ਦੁਰਾਦਈ ਜਦੋਂ ਸਿੱਖੀ ਦਿਲ ਕਿਸੇ ਹੋਰ ਚੀਜ਼ ਤੇ ਮੋਏ ਤੋਇਆ ਉਸੇ ਕੜੀ ਮੋਇਆ ਮੋਇਆ ਕੀ ਮਰਨੀ ਥੀ ਨੀ ਵਧਿਕ ਦੁੱਖ ਵਿੱਚ ਪਿਆ ਦਾਤਾ ਜੀ ਨੇ ਮਦਦ ਕੀਤੀ ਫਿਰ ਸਤਗੁਰੂ ਦਾ ਹੋਰ ਤੀਰ ਲੱਗਾ ਫਿਰ ਜੀਵਿਆ ਬਚ ਗਿਆ ਹਾਂਜੀ ਸਿੱਖੀ ਦਿਲ ਭੁੱਲ ਜਾਂਦੇ ਹਨ ਮਰ ਨਹੀਂ ਸਕਦੇ ਪਰ ਸਿੱਖੀ ਦਿਲ ਹੋਵੇ ਸਹੀ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਅਗਲਾ ਹੈ ਸਿੱਖੀ ਦਿਮਾਗ ਉਹ ਆਪ ਜੀ ਨੂੰ ਅਗਲੇ ਹਿੱਸੇ ਵਿੱਚ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ